ਹੁਣ ਜੇ ਮੈਂ ਕੋਈ ਮੇਰਾ ਪ੍ਰੋਗਰਾਮ ਆ ਮੈਂ ਗਉਣ ਜਾਉਂਗੀ ਹੁਣ ਜਿਵੇਂ ਮੈਂ ਘਰੇ ਬੈਠੀ ਐਵੇਂ ਤਾਂ ਮੈਂ ਜਾਣ ਨਹੀਂ ਸਕਦੀ ਪ੍ਰੋਗਰਾਮ ਤੇ ਉੱਥੇ ਲੋਕਾਂ ਨੂੰ ਤਾਂ ਸਾਨੂੰ ਊਮੀ ਬਣ ਕੇ ਦਿਖਾਉਣਾ ਪੈਂਦਾ ਹਨਾ ਲੋਕਾਂ ਨੂੰ ਅਸੀਂ ਨਹੀਂ ਸਮਝਾ ਸਕਦੇ ਕਿ ਸਾਡੇ ਅੰਦਰ ਕਿੰਨਾ ਦੁੱਖਾ ਦਰਦ ਆ ਤੇ ਨਾ ਹੀ ਕੋਈ ਸਮਝੇ ਉਹਨਾਂ ਨੇ ਤਾਂ ਸਾਨੂੰ ਗਉਣ ਲਈ ਬੁੱਕ ਕੀਤਾ ਤੇ ਸਾਥੋਂ ਗਵਾਉਣਾ ਪਿਆ ਉਹ ਮਰ ਗਿਆ ਭਰਾ ਮਰ ਗਿਆ ਚੰਗਾ ਮੇਕਅਪ ਕਰਕੇ ਚੰਗੇ ਪ੍ਰੋਗਰਾਮਾਂ ਤੇ ਜਾਂਦੇ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਪਰ ਮੈਂ ਕਿਸੇ ਨੂੰ ਸਮਝਾਉਣਾ ਜ਼ਰੂਰੀ ਵੀ ਨਹੀਂ ਸਮਝਦੀ ਹੁੰਦੀ ਕਿਉਂਕਿ ਸਫਾਈਆਂ ਦੇਣ ਦੀ ਲੋੜ ਨਹੀਂ। ਉਹ ਆਪ ਨੂੰ ਪਤਾ ਜਾਂ ਮੇਰਾ ਰੱਬ ਜਾਣਦਾ। ਅੱਜ ਵੀ ਕਿਸੇ ਟਾਈਮ ਇੰਨਾ ਅਫਸੈਟ ਹੋ ਜਾਂਨੇ ਆ ਕਿਉਂਕਿ ਹੈ ਤਾਂ ਦਿਲ ਦਿਮਾਗ ਤਾਂ ਉਹੀ ਹੈ ਨਾ ਭੈਣ ਭਰਾ ਦਾ ਦੁੱਖ ਬਹੁਤ ਵੱਡਾ ਹੁੰਦਾ। ਕਹਿੰਦੇ ਜਿਸ ਤਨ ਲੱਗੀਆਂ ਸੋਈ ਜਾਣੇ ਦੂਸਰੇ ਬੰਦਿਆਂ ਦਾ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੋਣਾ ਵੀ ਜਦੋਂ ਵੀ ਗੱਲ ਛੇੜਦੇ ਆ ਜੱਸੀ ਆਪਦੇ ਬ੍ਰਦਰ ਦੀ ਗੱਲ ਹੀ ਕਰਦੀ ਆ ਹਨਾ ਇੱਕ ਕਹਿੰਦੇ ਵੀ ਜਿਗਰ ਦਾ ਟੋਟਾ ਹਨਾ ਉਹ ਗੱਲ ਹੋ ਜਾਂਦੀ ਵੀ ਸਾਡੇ ਇਕੱਲਾ ਇਕੱਲਾ ਬ੍ਰਦਰ ਸੀ ਪਿੱਛੇ ਕੁਛ ਬੱਚੇ ਹੀ ਨਹੀਂ ਸੀ ਤਿੰਨ ਭੈਣਾਂ ਆ ਮੇਰੇ ਬ੍ਰਦਰ ਤੋਂ ਬਾਅਦ ਮੇਰੇ ਪਾਪਾ ਕਾਫੀ ਬਿਮਾਰ ਰਹਿਣ ਲੱਗੇ ਸੀ ਚਾਰ ਪੰਜ ਸਾਲ ਮੇਰੇ ਡੈਡੀ ਬਹੁਤ ਜ਼ਿਆਦਾ ਬਿਮਾਰ ਰਹੇ ਸ ਤੁਹਾਨੂੰ ਪਤਾ ਸੀ ਕੁੜੀਆਂ ਹੀ ਚੱਕ ਕੇ ਡੈਡੀ ਨੂੰ ਫਿਰਦੀਆਂ ਰਹੀਆਂ ਤੇ ਉਸ ਟਾਈਮ ਕੋਈ ਮੇਰਾ ਵੀ ਕੰਮ ਇੰਨਾ ਵਧੀਆ ਨਹੀਂ ਸੀਗਾ ਚਲੋ ਅੱਜ ਤਾਂ ਫਿਰ ਵੀ ਵੈਗਰੂ ਦੀ ਮੇਰਾ ਬਸ ਉਹ ਹਾਲਾਤਾਂ ਨੂੰ ਮੈਨੂੰ ਪਤਾ ਮੈਂ ਕਿਵੇਂ ਜੂਝਾਂ ਇੱਕ ਸਾਡੇ ਪਿੰਡ ਦੀ ਪ੍ਰੋਬਲਮ ਸੀ ਸਾਡੇ ਪਿੰਡ ਜਿਹੜੀਆਂ ਰੋਡਵੇਜ ਬਸਾਂ ਨਹੀਂ ਰੁਕਦੀਆਂ ਸਰਕਾਰੀ ਬਸਾਂ ਤੇ ਫਿਰ ਇਸ ਕਰਕੇ ਮੈਨੂੰ ਮਾਨਸਾ ਸ਼ਿਫਟ ਕਰਨਾ ਪਿਆ ਸੀ ਆਪਣੀ ਲਾਈਨ ਕਰਕੇ ਤੇ ਜਦੋਂ ਮੈਂ ਮਾਨਸਾ ਸ਼ਿਫਟ ਕੀਤਾ ਤੇ ਮੈਂ ਇੱਕ ਕਮਰੇ ਦੇ ਵਿੱਚ 4.5 ਸਾਲ ਕੱਡੇ ਉਹ ਐਡਾ ਹੀ ਰੂਮ ਸੀ ਵਿੱਚ ਹੀ ਅੰਦਰ ਹੀ ਮੈਂ ਸਿਲੰਡਰ ਤੇ ਰੋਟੀ ਚਾਹ ਬਣਾਉਣੀ ਤੇ ਇਹ ਫਿਰ ਮੈਨੂੰ ਪਿਛਲੇ 1.5 ਸਾਲ ਪਹਿਲਾਂ ਮੇਰੀ ਮੰਮੀ ਦਾ ਗੁਰਦੇ ਦਾ ਆਪਰੇਟ ਕਰਾਉਣਾ ਪਿਆ ਗਿਆ ਮੰਮੀ ਵੀ ਮੇਰੇ ਕੋਈ ਜ਼ਿਆਦਾ ਠੀਕ ਨਹੀਂ ਰਹਿੰਦੇ ਜਦੋਂ ਮੈਂ ਮੰਮੀ ਦਾ ਆਪਰੇਟ ਕਰਵਾਇਆ ਤੇ ਉਸੇ ਕਮਰੇ ਦੇ ਵਿੱਚ ਸੀ ਮਾ ਮਾਤੀਆਂ ਨੇ ਐਡਜਸਟ ਕੀਤਾ ਉੱਥੇ ਮੰਮੀ ਦਾ ਮੰਜਾ ਹੋਣਾ ਮੈਂ ਰੋਟੀ ਬਣਾਉਂਦੀ ਮੈਂ ਬਸ ਬਿਰੇ ਮੇਰੇ ਦਿਮਾਗ ਚ ਅੱਜ ਵੀ ਇੱਕੋ ਹੀ ਗੱਲ ਚੱਲਦੀ ਹੁੰਦੀ ਹੈ ਵੀ ਆਪਦੇ ਹੁੰਦੇ ਮੇਰੀ ਮੰਮੀ ਨੂੰ ਕੋਈ ਦੁੱਖ ਨਾ ਦੇਖਣਾ ਪਵੇ ਜੇ ਮੇਰਾ ਇੱਕ ਟਾਈਮ ਰੋਣਾ ਵੀ ਆਉਂਦਾ ਮੈਂ ਚੋਰੀ ਨੂੰ ਰੋ ਲੈਂਦੀ ਹਾਂ ਮੈਂ ਕਦੇ ਵੀ ਮੇਰੀ ਮੰਮੀ ਸਾਹਮਣੇ ਨਹੀਂ ਰੋਈ ਮੇਰਾ ਅੱਜ ਤੁਹਾਡੇ ਕੋਲੇ ਵੀ ਰੋਣਾ ਆ ਗਿਆ ਪਰ ਮੇਰੀ ਮੰਮੀ ਕੋਲੇ ਮੈਂ ਰੋਂਦੀ ਨਹੀਂ ਕਦੇ ਵੀ ਕਿਉਂਕਿ ਮੈਨੂੰ ਇਹ ਹੁੰਦਾ ਉਹ ਪਹਿਲੇ ਹੀ ਸਾਡੇ ਵਿੱਚ ਹੈ ਮੇਰੇ ਬ੍ਰਦਰ ਦਾ ਹੀ ਬਹੁਤ ਵੱਡਾ ਦੁੱਖ ਉਹਨਾਂ ਦੇ ਢਿੱਡ ਦੇ ਵਿੱਚ ਇਸ ਕਰਕੇ ਮੈਂ ਆਪਦੇ ਆਪ ਨੂੰ ਸਟਰੋਂਗ ਬਣਾਇਆ ਪੰਜ ਛੋਟ ਵੀਡੀਓ ਚ ਵੀ ਕੰਮ ਕਰਦੇ ਆ ਕਲਾਕਾਰੀ ਚ ਆਪਣੇ ਕੰਮ ਨੂੰ ਇੰਨਾ ਐਕਸੈਪਟ ਕਿਉਂ ਨਹੀਂ ਕੀਤਾ ਜਾਂਦਾ ਲੋਕਾਂ ਵੱਲੋਂ ਜਿਵੇਂ ਪਿੰਡਾਂ ਦੇ ਵਿੱਚੋਂ ਆਉਂਦੇ ਆ ਨਾ ਆਪਾਂ ਵੀ ਆਪਣੇ ਕੰਮ ਨੂੰ ਕੰਜਰਖਾਨਾ ਹੀ ਦੱਸਿਆ ਜਾਂਦਾ ਲੋਕ ਕਦੋਂ ਇਹ ਆਪਣੀ ਸੋਚ ਬਦਲਣਗੇ ਲੋਕ ਸੋਚ ਬਦਲਣਾ ਚਾਹੁੰਦੇ ਨਹੀਂ ਜੀ ਜਾਣ ਬੁੱਝ ਕੇ ਲੋਕਾਂ ਨੂੰ ਪਤਾ ਕੀ ਆ ਲੋਕਾਂ ਨੂੰ ਵੀ ਲੋਕਾਂ ਦਾ ਧਿਆਨ ਆ ਹੋਰ ਕੁਝ ਨਹੀਂ ਰੇਮੀ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਅ ਅੱਜ ਅਸੀਂ ਜੱਸੀ ਭੈਣ ਕੋਲ ਆਏ ਸੀ ਤੇ ਜਸੀ ਭੈਣ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਜਿੰਦਗੀ ਦਾ ਸੰਘਰਸ਼ ਸਮਾਜ ਦੇ ਵਿੱਚ ਆਪਾਂ ਵਿਚਰਦੇ ਆ ਅਕਸਰ ਆਪਾਂ ਨੂੰ ਸਮਾਜ ਦੇ ਵਿੱਚ ਔਰਤ ਨੂੰ ਜਾਂ ਕੁੜੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ ਤੇ ਇੰਟਰਵਿਊ ਕਰਨ ਦਾ ਮਤਲਬ ਸਾਡਾ ਇਹੀ ਹੈ ਕਿ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਵੀ ਆਪਾਂ ਕੁਝ ਨਹੀਂ ਕਰ ਸਕਦੇ ਵੀ ਮੁੰਡਿਆਂ ਦੇ ਬਰਾਬਰ ਉਹਨਾਂ ਨੂੰ ਨਹੀਂ ਮੰਨਿਆ ਜਾਂਦਾ ਇਹ ਵੀਡੀਓ ਉਹਨਾਂ ਦੇ ਵਾਸਤੇ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਤੇ ਜਸੀ ਭੈਣ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਕਿ ਜਿੰਦਗੀ ਦਾ ਸੰਘਰਸ਼ ਕਿੱਥੋਂ ਚੱਲੇ ਤੇ ਅੱਜ ਕੀ ਕੁਝ ਅਚੀਵ ਕਰਿਆ ਸੱਸੀ ਗੱਲ ਪੈਣੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਆਪਣੇ ਰਹਿਮਤ ਟੀਵੀ ਦੇਖ ਰਹੇ ਨੇ ਸਭ ਦਾ ਦਿਲੋਂ ਪਿਆਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਮੈਨੂੰ ਰੂਬਰੂ ਕਰਵਾ ਰਹੇ ਹੋ ਅੱਜ ਤੇ ਪੈਣੇ ਜ਼ਿੰਦਗੀ ਕਿਵੇਂ ਹੈ ਹੁਣ ਜ਼ਿੰਦਗੀ ਠੀਕ ਹੈ ਵੀਰੇ ਵੈਸੇ ਚਲੋ ਬੰਦਾ ਤਾਂ ਸੰਤੁਸ਼ਟ ਕਦੇ ਵੀ ਨਹੀਂ ਹੁੰਦਾ ਪਰ ਪਹਿਲਾਂ ਨਾਲੋਂ ਕਾਫੀ ਬੈਟਰ ਨੇ ਹੁਣ ਹਾਲਾਤ ਜਿਵੇਂ ਕਿ ਪਿਛਲੇ ਮੈਂ ਬੜੇ ਹਾਲਾਤ ਮਾੜੇ ਦੇਖੇ ਮੈਂ ਹਾਲਾਤਾਂ ਨਾਲ ਬਹੁਤ ਜੂਝੀ ਆ ਤੇ ਉਹ ਅਕੋਰਡਿੰਗ ਤਾਂ ਮੈਨੂੰ ਹੁਣ ਵਾਲੇ ਹਾਲਾਤ ਬਹੁਤ ਵਧੀਆ ਲੱਗ ਰਹੇ ਆ ਠੀਕ ਆ ਹੁਣ ਸਭ ਕੁਝ ਆ ਆਪਾਂ ਪਿਛਲੇ ਸਮੇਂ ਦੀ ਗੱਲ ਕਰ ਲਈ ਹੈਣਾ ਬਚਪਨ ਦੀ ਗੱਲ ਕਰ ਰਹੀ ਏ ਬਚਪਨ ਕਿਵੇਂ ਦਾ ਰਿਹਾ ਸੀ ਤੁਹਾਡਾ ਅ ਬਚਪਨ ਠੀਕ ਸੀ ਜੀ ਕਿਉਂਕਿ ਉਸ ਟਾਈਮ ਚਲੋ ਡੈਡੀ ਮੇਰੇ ਗਵਰਟ ਸਰਵਿਸ ਤੇ ਸੀਗੇ ਫੋਰਮੈਨ ਸੀਗੇ ਬਿਜਲੀ ਬੋਰਡ ਦੇ ਵਿੱਚ ਉਸ ਟਾਈਮ ਸਭ ਕੁਝ ਵਧੀਆ ਸੀਗਾ ਪਰ ਇੱਕ ਅਜਿਹਾ ਸਮਾਂ ਆਇਆ ਵੀ ਅਸੀਂ ਮੇਰੀ ਸਿਸਟਰ ਦੀ ਮੈਰਿਜ ਰੱਖੀ ਹੋਈ ਸੀ ਘਰੇ ਤੇ ਅਸੀਂ ਤਿੰਨ ਭੈਣਾਂ ਮੇਰੇ ਇੱਕੋ ਹੀ ਭਰਾ ਸੀ ਤੇ ਜਦੋਂ ਹੀ ਮੇਰੀ ਭੈਣ ਦੀ ਅਸੀਂ ਮੈਰਿਜ ਰੱਖੀ ਹੋਈ ਸੀ 15 ਦਿਨ ਸੀ ਵਿਆਹ ਦੇ ਵਿੱਚ ਤੇ ਬ੍ਰਦਰ ਮੇਰੇ ਸਿਲੈਂਡਰ ਬੁੱਕ ਕਰਾਉਣ ਗਏ ਜਰਨਜੀਤ ਪੁੰਬਕ ਉਹਨਾਂ ਦੇ ਵਧੀਆ ਫਰੈਂਡ ਸੀ ਉਹਨਾਂ ਕੋਲ ਗਏ ਤੇ ਜਦੋਂ ਮੇਰੇ ਬ੍ਰਦਰ ਵਾਪਸ ਆਉਣ ਲੱਗੇ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਭੈੜਾ ਐਕਸੀਡੈਂਟ ਹੋਇਆ ਮਾਨਸਾ ਨਹਿਰੂ ਕਾਲਜ ਰੋਡ ਤੇ ਤੇ ਬਸ ਉਦੋਂ ਬਾਅਦ ਸਾਡੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਕਿਉਂਕਿ ਮੇਰੇ ਬ੍ਰਦਰ ਤੇ ਸਾਡਾ ਪੈਸਾ ਤੇ ਲਾ ਵੀ ਬਹੁਤ ਲੱਗਿਆ ਤੇ ਮੇਰੇ ਬ੍ਰਦਰ ਬੱਚੇ ਵੀ ਨਹੀਂ ਹੈਗੇ ਉਹ ਬਹੁਤ ਜ਼ਿਆਦਾ ਮਾੜਾ ਸਮਾਂ ਸੀ ਸਾਡੇ ਲਈ ਅੱਜ ਵੀ ਉਹ ਵੇਲਾ ਯਾਦ ਕਰਕੇ ਮਤਲਬ ਬਹੁਤ ਜ਼ਿਆਦਾ ਪਿੱਛੇ ਚਲੀ ਜਾਂਦੀ ਆ ਮੈਂ ਤੇ ਮੇਰੇ ਮੰਮੀ ਡੈਡੀ ਲਈ ਸਾਡੇ ਲਈ ਉਹ ਬਹੁਤ ਵੱਡਾ ਸਦਮਾ ਵੀ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਇੱਕੋ ਹੀ ਬ੍ਰਦਰ ਸੀਗਾ ਇੱਕੋ ਹੀ ਸੀ ਜੀ ਹਾਂ ਮੈਂ ਦੂਜੀ ਦੁੱਖ ਦੀ ਗੱਲ ਇਹ ਵੀ ਇੱਕ ਤਾਂ ਚਲੋ ਬ੍ਰਦਰ ਤਾਂ ਦੁੱਖ ਬਹੁਤ ਵੱਡਾ ਨਾ ਕਹਿੰਦੇ ਵੀ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਭਰਾ ਹਨਾ ਮੇਰੀਆਂ ਤਾਂ ਬਾਹਾਂ ਵੀ ਟੁੱਟ ਗਈਆਂ ਉਸ ਟਾਈਮ ਤੇ ਇੱਕ ਇਹ ਸੀਗਾ ਜੀ ਮੇਰੇ ਬ੍ਰਦਰ ਮੇਰੀ ਲਾਈਨ 'ਚ ਸੀਗੇ ਮੇਰੇ ਬ੍ਰਦਰ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ ਮੈਨੂੰ ਇਸ ਲੈਣ ਦਾ ਕੁਛ ਨਹੀਂ ਸੀ ਪਤਾ ਹੁੰਦਾ ਜਦੋਂ ਮੈਂ ਪੜਦੀ ਸੀ ਤਾਂ ਮੇਰੇ ਬ੍ਰਦਰ ਨੇ ਮੈਨੂੰ ਥੀਏਟਰ ਚ ਲੈ ਕੇ ਆਏ ਉਹ ਜਦੋਂ ਕਿਸੇ ਪਲੇ ਦੇ ਵਿੱਚ ਆਏ ਹੁੰਦਾ ਵੀ ਅੱਜ ਮੇਰੀ ਛੁੱਟੀ ਆ ਜਾਂ ਮੈਨੂੰ ਸਕੂਲ ਤੋਂ ਛੁੱਟੀ ਦਿਵਾ ਲਿਓਣੀ ਤਾਂ ਮੈਨੂੰ ਥੀਏਟਰ ਲੈਣ ਦੇ ਵਿੱਚ ਸਟੇਜ ਪਹਿਲੀ ਮੈਨੂੰ ਮੇਰੇ ਬ੍ਰਦਰ ਨੇ ਹੀ ਕਰਵਾਈ ਸੀ ਤੇ ਇਸ ਕਰਕੇ ਮੈਨੂੰ ਅੱਜ ਇਹ ਦੁੱਖਾ ਵੀ ਚਲੋ ਅੱਜ ਜੋ ਵੀ ਆ ਥੋੜਾ ਜਿਹਾ ਵੀ ਜਿੰਨਾ ਕਿ ਵੀ ਮੈਂ ਕੰਮ ਕਰਿਆ ਜਿੰਨਾ ਕਿ ਲੋਕ ਜਾਣਦੇ ਆ ਮੈਨੂੰ ਵੀ ਜੱਸੀ ਕੋਈ ਹੈਗੀ ਆਰਟਿਸਟ ਤਾਂ ਮੈਂ ਮੇਰੇ ਬ੍ਰਦਰ ਦੀ ਬਦੌਲਤ ਹੀ ਆ ਤੇ ਮੈਂ ਕੰਮ ਵੀ ਮੇਰੇ ਬ੍ਰਦਰ ਨੂੰ ਸਮਰਪਿਤ ਹੀ ਕਰ ਰਹੀ ਆ ਇਸ ਲਾਈਨ ਦੇ ਵਿੱਚ ਇਹ ਜੀ ਸਿਚੁਏਸ਼ਨ 'ਤੇ ਹਨਾ ਆਪਦੇ ਆਪ ਨੂੰ ਸੰਭਾਲਣਾ ਬੜਾ ਮੁਸ਼ਕਲ ਹੁੰਦਾ ਹੈ ਹਨਾ ਜਦੋਂ ਘਰ ਦੇ ਵਿੱਚ ਦੋ ਭੈਣਾਂ ਦਾ ਭਾਈ ਤੁਰ ਜੇ ਤੇ ਆਪਦੇ ਆਪ ਨੂੰ ਸੰਭਾਲਿਆ ਤੁਸੀਂ ਹਾਂਜੀ ਵੀਰੇ ਸੰਭਾਲਿਆ ਤਾਂ ਇਹ ਕਹਿ ਸਕਦੇ ਆਂ ਵੀ ਚਲੋ ਅੱਜ ਵੀ ਕਿਸੇ ਟਾਈਮ ਇੰਨਾ ਅਪਸੈਟ ਹੋ ਜਾਂਦੇ ਆ ਕਿਉਂਕਿ ਹੈ ਤਾਂ ਦਿਲ ਦਿਮਾਗ ਤਾਂ ਉਹੀ ਆ ਨਾ ਭੈਣ ਭਰਾ ਦਾ ਦੁੱਖ ਬਹੁਤ ਵੱਡਾ ਹੁੰਦਾ ਕਹਿੰਦੇ ਜਿਸ ਤਨ ਲੱਗੀਆਂ ਸੋਈ ਜਾਣੇ ਦੂਸਰੇ ਬੰਦਿਆਂ ਦਾ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੋਣਾ ਵੀ ਜਦੋਂ ਵੀ ਗੱਲ ਛੇੜਦੇ ਆ ਜੱਸੀ ਆਪਦੇ ਬ੍ਰਦਰ ਦੀ ਗੱਲ ਹੀ ਕਰਦੀ ਆ ਹਨਾ ਪਰ ਕਹਿੰਦੇ ਵੀ ਜਿਗਰ ਦਾ ਟੋਟਾ ਹਨਾ ਉਹ ਗੱਲ ਹੋ ਜਾਂਦੀ ਵੀ ਸਾਡੇ ਇਕੱਲਾ ਇਕੱਲਾ ਬ੍ਰਦਰ ਸੀ ਪਿੱਛੇ ਕੁਛ ਬੱਚੇ ਹੀ ਨਹੀਂ ਸੀ ਤਿੰਨ ਭੈਣਾਂ ਆ ਮੇਰੇ ਬ੍ਰਦਰ ਤੋਂ ਬਾਅਦ ਮੇਰੇ ਪਾਪਾ ਕਾਫੀ ਬਿਮਾਰ ਰਹਿਣ ਲੱਗੇ ਸੀ 4-5 ਸਾਲ ਮੇਰੇ ਡੈਡੀ ਬਹੁਤ ਜ਼ਿਆਦਾ ਬਿਮਾਰ ਰਹੇ ਉਹਨਾਂ ਦਾ ਬੜੇ ਮਹਿੰਗੇ ਹਸਪੀਟਲ ਚੋਂ ਇਲਾਜ ਚੱਲਦਾ ਸੀਗਾ आदेश ਦੇ ਵਿੱਚੋਂ ਤੇ ਤੁਹਾਨੂੰ ਪਤਾ ਸੀ ਕੁੜੀਆਂ ਚੱਕ ਕੇ ਡੈਡੀ ਨੂੰ ਫਿਰਦੀਆਂ ਰਹੀਆਂ ਤੇ ਉਸ ਟਾਈਮ ਕੋਈ ਮੇਰਾ ਵੀ ਕੰਮ ਇੰਨਾ ਵਧੀਆ ਨਹੀਂ ਸੀਗਾ ਚਲੋ ਅੱਜ ਤਾਂ ਫਿਰ ਵੀ ਵਾਇਗਰੂ ਦੀ ਮੇਰਾ ਬਸ ਉਹ ਹਾਲਾਤਾਂ ਨੂੰ ਮੈਨੂੰ ਪਤਾ ਮੈਂ ਕਿਵੇਂ ਜੁੱਝਾ ਇੱਕ ਸਾਡੇ ਪਿੰਡ ਦੀ ਪ੍ਰੋਬਲਮ ਸੀ ਸਾਡੇ ਪਿੰਡ ਜਿਹੜੀਆਂ ਰੋਡਵੇਜ ਬੱਸਾਂ ਨਹੀਂ ਰੁਕਦੀਆਂ ਸਰਕਾਰੀ ਬੱਸਾਂ ਤੇ ਫਿਰ ਇਸ ਕਰਕੇ ਮੈਨੂੰ ਮਾਨਸਾ ਸ਼ਿਫਟ ਕਰਨਾ ਪਿਆ ਸੀ ਆਪਣੀ ਲਾਈਨ ਕਰਕੇ ਤੇ ਜਦੋਂ ਮੈਂ ਮਾਨਸਾ ਸ਼ਿਫਟ ਕੀਤਾ ਤੇ ਮੈਂ ਇੱਕ ਕਮਰੇ ਦੇ ਵਿੱਚ 4.5 ਸਾਲ ਕੱਡੇ ਉਹ ਡੇਰੂਮ ਸੀ ਵਿੱਚ ਹੀ ਅੰਦਰ ਹੀ ਮੈਂ ਸਿਲੰਡਰ ਤੇ ਰੋਟੀ ਚਾਹ ਬਣਾਉਣੀ ਤੇ ਇਹ ਫਿਰ ਮੈਨੂੰ ਪਿਛਲੇ 1.5 ਸਾਲ ਪਹਿਲਾਂ ਮੇਰੀ ਮੰਮੀ ਦਾ ਗੁਰਦੇ ਦਾ ਅਪਰੇਟ ਕਰਾਉਣਾ ਪੈ ਗਿਆ ਮੰਮੀ ਵੀ ਮੇਰੇ ਕੋਈ ਜ਼ਿਆਦਾ ਠੀਕ ਨਹੀਂ ਰਹਿੰਦੇ ਜਦੋਂ ਮੈਂ ਮੰਮੀ ਦਾ ਅਪਰੇਟ ਕਰਵਾਇਆ ਤੇ ਉਸੇ ਕਮਰੇ ਦੇ ਵਿੱਚ ਸੀ ਮਾ ਮਾਤੀਆਂ ਨੇ ਐਡਜਸਟ ਕੀਤਾ ਉੱਥੇ ਮੰਮੀ ਦਾ ਮੰਜਾ ਹੋਣਾ ਉੱਥੇ ਮੈਂ ਰੋਟੀ ਬਣਾਉਣੀ ਕੁਝ ਕਾਲ ਨਹੀਂ ਬਰੇ ਸਮਾਂ ਤੁਸੀਂ ਬਹੁਤ ਮਾੜਾ ਸਮਾਂ ਹਟਾਇਆ ਹਨਾ ਅ ਜਿਸ ਤਰ੍ਹਾਂ ਤੁਸੀਂ ਸ਼ਾਰਟ ਵੀਡੀਓ ਦੇ ਵਿੱਚ ਸਨੇਹਾ ਦਿੰਦੇ ਹੋ ਹਨਾ ਸਿੰਗੰਗ ਦੇ ਵਿੱਚ ਵੀ ਤੁਸੀਂ ਐਕਸਪਰਟ ਹੋ ਤੇ ਸ਼ਾਰਟ ਵੀਡੀਓ ਦੇ ਵਿੱਚ ਤੁਹਾਡੇ ਬੜੇ ਸਨੇਹੇ ਹੁੰਦੇ ਆ ਤੇ ਲੋਕ ਦੇਖਦੇ ਵੀ ਆ ਤੇ ਕੋਈ ਇਹੋ ਜਿਹਾ ਵੀ ਮੰਨ ਕੇ ਚੱਲੋ ਜ਼ਿੰਦਗੀ ਦੇ ਵਿੱਚ ਤੂਫਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਸੀ ਤੁਹਾਨੂੰ ਬਦਲਤਾ ਤੇ ਤੁਸੀਂ ਸਿੰਗਿੰਗ ਲੈਂਡ ਦੇ ਵਿੱਚ ਆਏ ਉਹ ਆਪਣੇ ਜਿਹੜਾ ਤੁਹਾਡਾ ਬ੍ਰਦਰ ਸੀ ਉਹਨੂੰ ਡੈਡੀਕੇਟ ਸੀਗਾ ਇਹ ਵੀ ਤੁਸੀਂ ਉਸਤੇ ਬਸੋਲਤ ਹੀ ਆਏ ਸੀਗੇ ਉਸ ਦੀ ਸੋਚ ਨੂੰ ਜਿੰਦਾ ਰੱਖਣਾ ਸੀਗਾ ਬਿਲਕੁਲ ਜੀ ਮੈਂ ਮੇਰੇ ਬ੍ਰਦਰ ਦੀ ਬਦੌਲਤ ਹੀ ਆਈਆਂ ਕਿਉਂਕਿ ਕੁੜੀਆਂ ਨੂੰ ਹਮੇਸ਼ਾ ਜੇ ਕੋਈ ਵੀ ਘਰ ਤੋਂ ਬਾਹਰ ਜਾਣ ਵਾਲੇ ਕੰਮ ਜਿਹੜੇ ਕੁੜੀਆਂ ਨੂੰ ਕਰਨੇ ਪੈਂਦੇ ਆ ਜਾਂ ਜਿਵੇਂ ਮੇਰੀ ਤਾਂ ਚਲੋ ਲੈਣੀ ਆਰਟਿਸਟ ਆ ਗਈ ਇਸ ਲਈ ਇਹਨੂੰ ਅੱਜ ਵੀ ਲੋਕ ਕੋਈ ਇੰਨਾ ਐਕਸੈਪਟ ਨਹੀਂ ਕਰਦੇ ਹਨ ਤੇ ਪਰਾ ਨਹੀਂ ਰੋਕਦੇ ਹੁੰਦੇ ਵੀ ਨਹੀਂ ਜਾਣਾ ਗਾਉਣਾ ਨਹੀਂ ਐਕਟਿੰਗ ਨਹੀਂ ਕਰਨੀ ਪਰ ਮੇਰੇ ਬ੍ਰਦਰ ਨੇ ਮੈਨੂੰ ਖੁਦ ਇਸ ਲਾਈਨ ਦੇ ਵਿੱਚ ਪਾਇਆ ਤੇ ਮੈਂ ਤਾਂ ਮੇਰੇ ਬ੍ਰਦਰ ਦੀ ਹਮੇਸ਼ਾ ਹੀ ਸ਼ੁਕਰਗੁਜ਼ਾਰ ਹਾਂ ਵੀ ਚਲੋ ਮੈਨੂੰ ਇਸ ਲਾਈਨ 'ਚ ਉਹਨਾਂ ਨੇ ਪਾਇਆ ਤਾਂ ਅੱਜ ਚਲੋ ਮੈਨੂੰ ਚਾਰ ਜਣੇ ਜਾਣਦੇ ਵੀ ਆ ਹਨ ਘਰੇ ਬੈਠੇ ਬੰਦੇ ਨੂੰ ਕੋਈ ਨਹੀਂ ਜਾਣਦਾ ਤੇ ਮੈਂ ਸ਼ਾਇਦ ਇਹ ਲਾਈਨ ਛੱਡ ਦਿੰਦੀ ਜੇ ਮੇਰੇ ਬ੍ਰਦਰ ਜਿਉਂਦੇ ਹੀ ਹੁੰਦੇ ਸ਼ਾਇਦ ਕਿਉਂਕਿ ਫਿਰ ਮੈਨੂੰ ਇੰਨਾ ਨਹੀਂ ਸੀ ਹੋਣਾ ਪਰ ਅੱਜ ਮੈਂ ਇਹ ਕੰਮ ਕਰ ਰਹੀ ਹਾਂ ਮੈਂ ਤਾਂ ਕਰ ਰਹੀ ਹਾਂ ਕਿ ਮੇਰੇ ਬ੍ਰਦਰ ਅੱਜ ਹੈ ਨਹੀਂ ਤੇ ਉਹਨਾਂ ਨੇ ਮੈਨੂੰ ਇਸ ਲੈਂਡ ਦੇ ਵਿੱਚ ਪਾਇਆ ਉਹਨਾਂ ਨੂੰ ਇਸ ਲੈਂਡ ਦਾ ਸ਼ੌਂਕ ਸੀ ਤੇ ਮੈਂ ਉਹਨਾਂ ਦਾ ਸੁਪਨਾ ਹੀ ਪੂਰਾ ਕਰ ਰਹੀ ਆ। ਪੈਣੇ ਆਪਾਂ ਹਨਾ ਕਹਿ ਦਈਏ ਵੀ ਜਦੋਂ ਆਪਣਾ ਪਰਿਵਾਰ ਆਪਣੇ ਨਾਲ ਹੁੰਦਾ ਹਨਾ ਚਲੋ ਆਪਾਂ ਦੂਜੇ ਤੀਜੇ ਤੋਂ ਕੁਝ ਲੈਣਾ ਵੀ ਨਹੀਂ ਹਨਾ। ਗੱਲ ਲੋਕਾਂ ਦੀਆਂ ਕੀ ਕੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਦੋਂ ਆਪਾਂ ਇਹ ਲੈਂਡ 'ਚ ਆਉਂਦੇ ਆ। ਲੋਕਾਂ ਦੀਆਂ ਗੱਲਾਂ ਤਾਂ ਇਹ ਵੀ ਹੁੰਦੀਆਂ ਨੇ ਜੀ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਮੇਰਾ ਭਲਾ ਹੀ ਪਹਿਲਾਂ ਕੀਤਾ ਹੋਇਆ ਸੀ ਤੇ ਮੇਰਾ ਦੁਬਈ ਦਾ ਟੂਰ ਬਣ ਗਿਆ ਸੀਗਾ। ਤੇ ਮੇਰੇ ਬ੍ਰਦਰ ਦੀ ਡੈਥ ਤੋਂ 20 ਦਿਨ ਬਾਅਦ ਹੀ ਮੈਨੂੰ ਦੁਬਈ ਜਾਣਾ ਪਿਆ ਮੈਂ ਜਵਾਬ ਵੀ ਦਿੱਤਾ ਸੀ ਟੀਮ ਨੂੰ ਮੈਂ ਕਿਹਾ ਵੀ ਮੇਰਾ ਕੋਈ ਮਨ ਮੂਡ ਨਹੀਂ ਹੈਗਾ ਵੀ ਸਾਡੇ ਘਰੇ ਬਹੁਤ ਵੱਡੀ ਗੱਲ ਹੋ ਗਈ ਉਹ ਕਹਿੰਦੇ ਵੀ ਜੱਸੀ ਇਹਦੇ ਵਿੱਚ ਤੇਰਾ ਵੀ ਲਾਸ ਆ ਤੇਰਾ ਤਾਂ ਲਾਸ ਹੈ ਹੀ ਹੈ ਪਰ ਕਹਿੰਦੇ ਅਗਲੇ ਬੰਦਿਆਂ ਨੂੰ ਅੰਡਰਸਟੈਂਡ ਕਰਾਉਣਾ ਬਹੁਤ ਔਖਾ ਜਿਨ੍ਹਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਕਹਿੰਦੇ ਵੀ ਸਾਨੂੰ ਖਰਚਾ ਪੈ ਰਿਹਾ ਤੁਹਾਡਾ ਕਿਉਂਕਿ ਮੇਰਾ ਵੀਜ਼ਾ ਵਗੈਰਾ ਸਭ ਕੁਝ ਆਇਆ ਪਿਆ ਸੀਗਾ ਤੇ ਫਿਰ ਮੈਂ ਫਿਰ ਵੀ ਚਲੋ ਆਪਦੇ ਮਨ ਨੂੰ ਪੱਥਰ ਬਣਾ ਕੇ ਮੈਂ ਦੁਬਈ ਗਈ ਸੀ ਫਿਰ ਵੀ ਮੈਂ ਟੂਰ ਲਾ ਕੇ ਆਈ ਸੀ ਦੁਬਈ ਬਸ ਮੈਂ ਇਹੀ ਸੋਚ ਕੇ ਲਾ ਕੇ ਆਈ ਸੀ ਵੀ ਨਹੀਂ ਉਹ ਅੱਜ ਨਹੀਂ ਹੈਗਾ ਮੇਰਾ ਬ੍ਰਦਰ ਨਹੀਂ ਰਿਹਾ ਪਰ ਪਾਇਆ ਤਾਂ ਉਹ ਨਹੀਂ ਆ ਨਾ ਇਸ ਲਾਈਨ 'ਚ ਰਾਹ ਤਾਂ ਉਹ ਨਹੀਂ ਦਿਖਾਇਆ ਤੇ ਵੀ ਮੈਨੂੰ ਕੰਮ ਕਰਨਾ ਚਾਹੀਦਾ ਤੇ ਮੈਂ ਕਰ ਰਹੀ ਹਾਂ ਜੀ ਅੱਜ ਵੀ ਕੰਮ ਪਰ ਮੈਂ ਖੁਦ ਵੀ ਕਿਸੇ ਕਿਸੇ ਟਾਈਮ ਇੰਨੀ ਡਿਪਰੈਸ ਹੋ ਜਾਂਦੀ ਆ ਕਿ ਮੈਨੂੰ ਮੈਡੀਸਨ ਲੈਣੀ ਪੈਂਦੀ ਆ ਮੈਨੂੰ ਪਿਛਲੇ 3-4 ਸਾਲਾਂ ਤੋਂ ਮੇਰੀ ਨੀਂਦ ਬਹੁਤ ਜ਼ਿਆਦਾ ਡਿਸਟਰਬ ਆ ਬਸ ਮੈਂ ਫਿਰ ਵੀ ਲੱਗੀ ਹੋਈ ਆ ਆਪਣੇ ਕੰਮ 'ਚ ਆਪਣੇ ਆਪ ਨੂੰ ਲਾਇਆ ਹੋਇਆ ਵੀ ਮੈਂ ਲਾਲਚ ਵੀ ਕਹਿ ਲੋ ਆਪਦੇ ਆਪ ਨੂੰ ਧਿਆਨ ਵੀ ਆਪਦਾ ਰੱਖਿਆ ਵੀ ਮੇਰਾ ਧਿਆਨ ਇੱਧਰ ਹੋ ਜੇ ਤਾਂ ਚਲੋ ਮੈਨੂੰ ਟੈਨਸ਼ਨ ਘੱਟ ਹੋਵੇ ਹਨ ਇਸ ਟਾਈਮ ਵੀ ਕੋਈ ਜ਼ਿਆਦਾ ਰਿਲੈਕਸ ਨਹੀਂ ਕਿਉਂਕਿ ਮੇਰੀ ਮੰਮੀ ਬਿਮਾਰ ਹੀ ਰਹਿੰਦੇ ਨੇਗੇ ਤਿੰਨ ਮਹੀਨੇ ਪਹਿਲਾਂ ਵੀ ਮੰਮੀ ਮੇਰੇ ਕਾਫੀ ਬਿਮਾਰ ਰਹੇ ਐਡਮਿਟ ਰਹੇ ਅਸੀਂ ਦੋ ਤਿੰਨ ਹਸਪੀਟਲ ਚੇਂਜ ਕਰਤੇ ਤੇ ਤੁਹਾਨੂੰ ਪਤਾ ਵੀਰੇ ਘਰ ਦੇ ਵਿੱਚ ਬੰਦੇ ਨਾ ਹੋਣ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਆਪਦਾ ਕੰਮ ਵੀ ਕਰਨਾ ਹਸਪੀਟਲਾਂ 'ਚ ਮੰਮੀ ਨੂੰ ਲੈ ਕੇ ਵੀ ਫਿਰਨਾ ਤੇ ਜੇ ਆਪਾਂ ਇਸ ਲੈਂਡ 'ਚ ਇੱਕ ਦਿਨ ਵੀ ਕੰਮ ਤੋਂ ਜਵਾਬ ਦੇ ਦਿੰਨੇ ਆ ਤਾਂ ਸਾਡੇ ਕੰਮ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਲੋਕਾਂ ਦੀਆਂ ਗੱਲਾਂ ਤੇ ਇਹ ਸੀ ਜੀ ਲੋਕਾਂ ਨੂੰ ਇਹ ਲੱਗਦਾ ਹੁਣ ਜੇ ਮੈਂ ਕੋਈ ਮੇਰਾ ਪ੍ਰੋਗਰਾਮ ਆ ਮੈਂ ਗਾਉਣ ਜਾਊਂਗੀ ਹੁਣ ਜਿਵੇਂ ਮੈਂ ਘਰੇ ਬੈਠੀ ਐਵੇਂ ਤਾਂ ਮੈਂ ਜਾ ਨਹੀਂ ਸਕਦੀ ਪ੍ਰੋਗਰਾਮ ਤੇ ਉੱਥੇ ਲੋਕਾਂ ਨੂੰ ਤਾਂ ਸਾਨੂੰ ਉਮੀ ਬਣ ਕੇ ਦਿਖਾਉਣਾ ਪੈਂਦਾ ਹਨਾ ਲੋਕਾਂ ਨੂੰ ਅਸੀਂ ਨਹੀਂ ਸਮਝਾ ਸਕਦੇ ਕਿ ਸਾਡੇ ਅੰਦਰ ਕਿੰਨਾ ਦੁੱਖ ਆ ਦਰਦ ਆ ਤੇ ਨਾ ਹੀ ਕੋਈ ਸਮਝੇ ਉਹਨਾਂ ਨੇ ਤਾਂ ਸਾਨੂੰ ਗਾਉਣ ਲਈ ਬੁੱਕ ਕੀਤਾ ਤੇ ਸਾਥੋਂ ਗਵਾਉਣਾ ਜੇ ਕਿਸੇ ਨੇ ਸਾਨੂੰ ਫਿਲਮ ਦੇ ਸ਼ੂਟ ਤੇ ਬੁਲਾਇਆ ਉਹਨੇ ਤਾਂ ਸਾਥੋਂ ਫਿਲਮ ਦੇ ਸ਼ੂਟ ਤੇ ਕੰਮ ਕਰਵਾਉਣਾ ਲੋਕ ਕਹਿੰਦੇ ਨੇ ਗੱਲਾਂ ਕਰਦੇ ਨੇ ਵੀ ਕੋਈ ਦੁੱਖ ਨਹੀਂ ਪਿਓ ਮਰ ਗਿਆ ਭਰਾ ਮਰ ਗਿਆ ਚੰਗਾ ਮੇਕਅਪ ਕਰਕੇ ਚੰਗੇ ਪ੍ਰੋਗਰਾਮਾਂ ਤੇ ਜਾਂਦੇ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਪਰ ਮੈਂ ਕਿਸੇ ਨੂੰ ਸਮਝਾਉਣਾ ਜ਼ਰੂਰੀ ਵੀ ਨਹੀਂ ਸਮਝਦੀ ਹੁੰਦੀ ਕਿਉਂਕਿ ਸਫਾਈਆਂ ਦੇਣ ਦੀ ਲੋੜ ਨਹੀਂ ਜੀ ਉਹ ਆਪ ਨੂੰ ਪਤਾ ਜਾਂ ਮੇਰਾ ਰੱਬ ਜਾਣਦਾ ਜੀ ਆਪਾਂ ਹਨਾ ਆਪਣਾ ਜਿਵੇਂ ਕੰਮ ਹੈ ਹਨਾ ਪੈਣੇ ਵੀ ਆਪਾਂ ਛੋਟ ਵੀਡੀਓ 'ਚ ਵੀ ਕੰਮ ਕਰਦੇ ਆਂ ਕਲਾਕਾਰੀ 'ਚ ਆਪਣੇ ਕੰਮ ਨੂੰ ਇੰਨਾ ਐਕਸੈਪਟ ਕਿਉਂ ਨਹੀਂ ਕੀਤਾ ਜਾਂਦਾ ਲੋਕਾਂ ਵੱਲੋਂ ਜਿਵੇਂ ਪਿੰਡਾਂ ਦੇ ਵਿੱਚੋਂ ਆਉਂਦੇ ਆਂ ਨਾ ਆਪਾਂ ਵੀ ਆਪਣੇ ਕੰਮ ਨੂੰ ਕੰਜਰਖਾਨਾ ਹੀ ਦੱਸਿਆ ਜਾਂਦਾ ਲੋਕ ਕਦੋਂ ਇਹ ਆਪਣੀ ਸੋਚ ਬਦਲਣਗੇ ਲੋਕ ਸੋਚ ਬਦਲਣਾ ਚਾਹੁੰਦੇ ਨਹੀਂ ਜੀ ਜਾਣ ਬੁੱਝ ਕੇ ਲੋਕਾਂ ਨੂੰ ਪਤਾ ਕੀ ਆ ਲੋਕਾਂ ਨੂੰ ਵੀ ਲੋਕਾਂ ਦਾ ਧਿਆਨ ਆ ਹੋਰ ਕੁਛ ਨਹੀਂ ਹਰ ਇੱਕ ਦੇ ਘਰ ਦੇ ਵਿੱਚ LED ਆ ਹਰ ਇੱਕ ਬੰਦਾ ਥੀਏਟਰ 'ਚ ਫਿਲਮ ਦੇਖਣ ਜਾਂਦਾ ਜੇ ਲੋਕ ਨਾ ਫਿਲਮਾਂ ਦੇਖਦੇ ਹੋਣ ਫਿਰ ਥੀਟਰ ਬੰਦ ਨਾ ਹੋ ਜਾਣ। ਫਿਰ ਐ ਈ ਲੜੀਆਂ ਸਾਡੇ ਘਰ ਚ ਕਿਉਂ ਨੇ? ਐ ਈ ਦੇ ਵਿੱਚ ਕਿਹੜਾ ਕਟਪੁਤਲੀਆਂ ਨੱਚ ਰਹੀਆਂ ਨੇ ਜਾਂ ਐਕਟਿੰਗ ਕਰ ਰਹੀਆਂ ਨੇ? ਜਿਹੜੀਆਂ ਕੁੜੀਆਂ ਸੀਰੀਅਲਾਂ ਦੇ ਵਿੱਚ ਨੇ, ਫਿਲਮਾਂ ਦੇ ਵਿੱਚ ਨੇ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਗਾਉਂਦੀਆਂ ਦੇਖਦੇ ਹਾਂ, ਕਟਪੁਤਲੀਆਂ ਤਾਂ ਹੈ ਨਹੀਂ। ਹੈ ਤਾਂ ਕਿਸੇ ਦੀਆਂ ਕੁੜੀਆਂ ਹੀ ਨੇ ਨਾ। ਫਿਰ ਤੁਸੀਂ ਉਹਨਾਂ ਨੂੰ ਵੀ ਕਿਉਂ ਦੇਖ ਰਹੇ ਹੋ? ਬਸ ਉਹ ਗੱਲ ਹੈ ਜੀ ਕਹਿੰਦੇ ਹੀਰ ਤਾਂ ਹੋਵੇ ਸਾਡੇ ਘਰੇ ਨਾ ਹੋਵੇ। ਜੀ। ਲੋਕਾਂ ਦੀ ਸੋਚ ਆ ਜਿਹੜੀ ਉਹ ਇੱਕ ਦਾਇਰੇ 'ਚ ਬੱਜੀ ਹੋਈ ਆ। ਉਹ ਕੀ ਕਹੂ, ਆਹ ਕੀ ਕਹੂ। ਹੁਣੇ ਸੂਈਆਂ ਕਹਿਣ ਕਹੌਣ ਵਾਲੇ ਸਾਰੇ ਬਸ ਥੋੜਾ ਜਿਹਾ ਮਨ ਨੂੰ ਸਮਝਾਉਣ ਦੀ ਲੋੜ ਹੈ ਮੈਂ ਤਾਂ ਕਹਿੰਨੀ ਆ ਸਾਰਿਆਂ ਨੂੰ ਆਪਦੇ ਮਨ ਨੂੰ ਸਮਝਾਉਣਾ ਚਾਹੀਦਾ ਤੁਸੀਂ ਅਨਪੜ੍ਹ ਦੀ ਜਾਂ ਪਿੰਡਾਂ ਵਾਲਿਆਂ ਦੀ ਕੀ ਗੱਲ ਕੀਤੀ ਹੈ ਸ਼ਹਿਰਾਂ 'ਚ ਵੀ ਇਹੀ ਹਾਲ ਹੈ ਜਿਵੇਂ ਕਾਫੀ ਜਗ੍ਹਾ ਦੇਖਿਆ ਕਿ ਪੜੀਆਂ ਲਿਖੀਆਂ ਫੈਮਲੀਆਂ ਵੀ ਇਹ ਕਹਿੰਦੀਆਂ ਨੇ ਵੀ ਇਹ ਆਏ ਆ ਇਹ ਲੈਣ ਆਏ ਆ ਇਫੈਕਟ ਪਾਉਣ ਵਾਲੇ ਸਮੇਂ 'ਚ ਰਿਸ਼ਤਿਆਂ 'ਤੇ ਪ੍ਰੋਬਲਮ ਆਊਗੀ ਬਸ ਆਪਾਂ ਭਾਣੇ ਪਹਿਲੀ ਸ਼ੋਰਟ ਜਿਹੜੀ ਫਿਲਮ ਸੀ ਤੁਹਾਡੀ ਕਦੋਂ ਆਈ ਸੀ ਤੇ ਤਨਖਾਹ ਕਿੰਨੀ ਆਈ ਸੀ ਜਦੋਂ ਪਹਿਲੀ ਤਨਖਾਹ ਆਈ ਸੀ ਕਿ ਕਿਵੇਂ ਕਿੰਨੀ ਖੁਸ਼ੀ ਸੀ ਉਦੋਂ ਤਾਂ ਵੀਰੇ ਮੈਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਫਿਲਮ ਕਰਨ ਦੇ ਪੈਸੇ ਮਿਲਦੇ ਆ ਜਾਂ ਥੀਏਟਰ ਦੇ ਤਾਂ ਪੈਸੇ ਸਾਨੂੰ ਚਲੋ ਕਦੇ ਮਿਲੇ ਹੀ ਨਹੀਂ ਸੀਗੇ ਰਸਲਾਂ ਤੇ ਵੀ ਅਸੀਂ ਇਦਾਂ ਹੀ ਜਾਣਾ ਮੈਂ ਪਿੰਡੋਂ ਆਣਾ ਇੰਨੀ ਗਰਮੀ 'ਚ ਧੁੱਪਾਂ 'ਚ ਮਾਨਸਾ ਰਸਲ ਤੇ ਜਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਉਹ ਨਾ ਇੱਕ ਆਡੀਸ਼ਨ ਰੱਖਿਆ ਸੀਗਾ ਮਾਨਸਾ ਤੇ ਮੈਂ ਉਹ ਆਡੀਸ਼ਨ 'ਚ ਵੈਸੇ ਹੀ ਚਲੀ ਗਈ ਮੇਰੇ ਵੱਡੇ ਸਿਸਟਰ ਵੀ ਮੇਰੇ ਨਾਲ ਗਏ ਸੀ ਤੁਹਾਨੂੰ ਮੈਂ ਇਹ ਵੀ ਦੱਸਦਾ ਵੀ ਅਸੀਂ ਚਾਰੇ ਪੈਣ ਪ੍ਰਾਈ ਕਰਦੇ ਸੀ ਥੀਏਟਰ ਦਾ ਮੇਰੇ ਵੱਡੇ ਸਿਸਟਰ ਅੱਜ ਵੀ ਹੁਣ ਦੁਬਾਰਾ ਆ ਗਈ ਇਸ ਲਾਈ ਗੋਬਡ ਸਰਵਿਸ ਹੋਣ ਕਰਕੇ ਚਲੋ ਛੁੱਟੀ ਹੈ ਟੀ ਵਾਲੇ ਦਿਨ ਕਰ ਦੇਣੀ ਕੰਮ ਅਸੀਂ ਐਡੀਸ਼ਨ ਤੇ ਦੋਨੋਂ ਪੈਣਾ ਚਲੇ ਗਏ ਆ ਤੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਚਲੋ ਵੱਡੇ ਦੀਦੀ ਥੋੜਾ ਵੀ ਫਿਰ ਮੇਰੇ ਤੋਂ ਵੱਡੇ ਵੀ ਨੇ ਜਿਵੇਂ ਬੰਦੇ ਨੂੰ ਆਰਟਿਸਟ ਚਾਹੀਦਾ ਹੁੰਦਾ ਜੋ ਮੈਨੂੰ ਸਿਲੈਕਟ ਕਰ ਲਿਆ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਕਰੂੰਗੀ ਕੰਮ ਹਰਿਆਣੇ ਦੇ ਵਿੱਚ ਫੂਮ ਫਿਲਮ ਕੀਤੀ ਸੀ ਜਗਰਾਜ ਕਮਾਣਾ ਜੀ ਹੋਰਾਂ ਨੇ ਉਹਦੇ ਦੀਪ ਸੀ ਉਹਨਾਂ ਦੇ ਡਾਇਰੈਕਟਰ ਤੇ ਖਾਨਦਾਨੀ ਬੋਟੀ ਉਹਦੇ ਵਿੱਚ ਮੈਂ ਕੰਮ ਕਰਕੇ ਆਈ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਫਿਲਮ ਦੇ ਪੈਸੇ ਮਿਲਣਗੇ ਜਾਂ ਨਾ ਉਦੋਂ ਮਤਲਬ ਇਹ ਗੱਲ ਦਿਮਾਗ 'ਚ ਵੀ ਨਹੀਂ ਆਈ ਹੁਣ ਤਾਂ ਆਪਾਂ ਪਹਿਲੇ ਹੀ ਸਾਰੇ ਪੁੱਛਦੇ ਵੀ ਤੁਹਾਡੀ ਕੀ ਪੇਮੈਂਟ ਆ ਹਨਾ ਤੇ ਜਾਂ ਆਪ ਵੀ ਗੱਲ ਕਰ ਲੈਂਦੇ ਵੀ ਤੁਸੀਂ ਕੀ ਦੇ ਰਹੇ ਹੋ ਉਸ ਟਾਈਮ ਨਹੀਂ ਪਤਾ ਸੀ ਜੋ ਵੀ ਮਿਲਿਆ ਵਾ ਸੋਚ ਖੁਸ਼ੀ ਬਹੁਤ ਮਿਲੀ ਸੀ ਵੀ ਮੇਰੇ ਸ਼ੌਂਕ ਵੀ ਸੋ ਉਸ ਟਾਈਮ ਬਹੁਤ ਜ਼ਿਆਦਾ ਪਹਿਲੀ ਫਿਲਮ ਸੀ ਮੇਰੀ ਜਿੱਦੇ ਮੈਂ ਫਿਲਮ 'ਚ ਵੀ ਕੰਮ ਕਰਕੇ ਆਈ ਤੇ ਮੈਨੂੰ ਪੈਸੇ ਵੀ ਮਿਲੇ ਜੀ ਅੱਜ ਤੱਕ ਜੱਸੀ ਨੇ ਕੀ ਕੁਝ ਅચીਵ ਕਰਿਆ ਇੱਜ਼ਤ ਦੌਲਤ ਤੇ ਕਿਸ ਮਕਾਮ ਤੇ ਅੱਜ ਕੀ ਕਹਿਣਾ ਚਾਹੂਗੀ ਜਿਹੜੇ ਜਿਹੜੀਆਂ ਕੁੜੀਆਂ ਡਿਪਰੈਸ਼ਨ ਹਨਾ ਵੀ ਕਹਿੰਦੀ ਆਪਾਂ ਕੁਝ ਨਹੀਂ ਕਰ ਸਕਦੀਆਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਮੈਂ ਇਹੀ ਚਾਹੂਗੀ ਜੀ ਦੇਖੋ ਮੇਰੇ ਵੀ ਬਹੁਤ ਵੱਡੀ ਛੱਟ ਲੱਗੀ ਹੈ ਮੈਂ ਤੁਹਾਨੂੰ ਆਪਦੀ ਕਹਾਣੀ ਦੱਸ ਹੀ ਦਿੰਦੀ ਹਣਾ ਪਰ ਜੇ ਮੈਂ ਉਸ ਟਾਈਮ ਉਵੇਂ ਕਰਦੀ ਡਿੱਗ ਜਾਂਦੀ ਹੌਸਲਾ ਡੇਗ ਦਿੰਦੀ ਮੇਰੇ ਮੰਮੀ ਡੈਡੀ ਤਾਂ ਪਹਿਲੇ ਹੀ ਮੇਰੇ ਬ੍ਰਦਰ ਦੇ ਸਦਮੇ ਚ ਸੀ ਉਹ ਮੈਨੂੰ ਸਾਹਮਦੇ ਸਾਨੂੰ ਸੰਭਾਲਦੇ ਕਿ ਆਪਦੇ ਆਪ ਨੂੰ ਵਿਚਾਰੇ ਇਹ ਸੋਚਣਾ ਚਾਹੀਦਾ ਵੀ ਜਦੋਂ ਮੈਂ ਬਸ ਬਿਰੀ ਮੇਰੇ ਦਿਮਾਗ ਚ ਅੱਜ ਵੀ ਇੱਕੋ ਹੀ ਗੱਲ ਚੱਲਦੀ ਹੁੰਦੀ ਹੈ ਵੀ ਆਪਦੇ ਹੁੰਦੇ ਮੇਰੀ ਮੰਮੀ ਨੂੰ ਕੋਈ ਦੁੱਖ ਨਾ ਦੇਖਣਾ ਪਵੇ ਜੇ ਮੇਰਾ ਇੱਕ ਟਾਈਮ ਰੋਣਾ ਵੀ ਆਉਂਦਾ ਮੈਂ ਚੋਰੀਆਂ ਰੋ ਲੈਨੀ ਆ ਮੈਂ ਕਦੇ ਵੀ ਮੇਰੀ ਮੰਮੀ ਸਾਹਮਣੇ ਨਹੀਂ ਰੋਈ ਮੇਰਾ ਅੱਜ ਤੁਹਾਡੇ ਕੋਲੇ ਵੀ ਰੋਣਾ ਆ ਗਿਆ ਪਰ ਮੇਰੀ ਮੰਮੀ ਕੋਲੇ ਮੈਂ ਰੋਂਦੀ ਨਹੀਂ ਕਦੇ ਵੀ ਕਿਉਂਕਿ ਮੈਨੂੰ ਇਹ ਹੁੰਦਾ ਉਹ ਪਹਿਲੇ ਹੀ ਸਾਦੇ ਵਿੱਚ ਆ ਮੇਰੇ ਬ੍ਰਦਰ ਦਾ ਹੀ ਬਹੁਤ ਵੱਡਾ ਦੁੱਖ ਹੋਂਾਂ ਦੇ ਢਿੱਡ ਦੇ ਵਿੱਚ ਇਸ ਕਰਕੇ ਮੈਂ ਆਪਦੇ ਆਪ ਨੂੰ ਸਟਰੋਂਗ ਬਣਾਇਆ ਵੀ ਨਹੀਂ ਮੈਂ ਕੰਮ ਵੀ ਕਰੂੰ ਮੰਮੀ ਡੈਡੀ ਹੋਰਾਂ ਦੀ ਕੇਅਰ ਵੀ ਕਰੂੰ ਮੰਮੀ ਤੇ ਹੁਣ ਜਿੰਨੇ ਪੈਸਾ ਲੱਗਿਆ ਜੇ ਮੈਂ ਕੰਮ ਨ ਪੈਸਾ ਵੀ ਉੱਥੋਂ ਦੇ ਕਿੱਥੋਂ ਲਾਣ ਦੀ ਹੁਣ ਤਾਂ ਮਾਂ ਨੂੰ ਵੀ ਖੋ ਲੈਂਦੇ ਫਿਰ ਅਸੀਂ ਬ੍ਰਦਰ ਤਾਂ ਗਿਆਈ ਸੀ ਕੁੜੀਆਂ ਨੂੰ ਮੈਂ ਇਹੀ ਕਹੂੰਗੀ ਵੀ ਆਪਾਂ ਥੋੜੇ ਯੰਗ ਹੁੰਨੇ ਆ ਆਪਾਂ ਉਹ ਗੱਲ ਨੂੰ ਸਹਿਣ ਕਰੀਏ ਆਪਣੇ ਚ ਥੋੜੀ ਜੀ ਹੁੰਦੀ ਹੈ ਕਪੈਸਿਟੀ ਮਾਂ ਪਿਓ ਚ ਉਮਰ ਦੇ ਹਿਸਾਬ ਨਾਲ ਉਹ ਕਪੈਸਿਟੀ ਨਹੀਂ ਹੁੰਦੀ ਤੇ ਤੁਹਾਨੂੰ ਹੌਸਲਾ ਬਣਨਾ ਚਾਹੀਦਾ ਮਾਂ ਪਿਓ ਦਾ ਦੁੱਖ ਤਾਂ ਚਲੋ ਮੈਂ ਨਹੀਂ ਕਹਿੰਦੀ ਵੀ ਮੈਂ ਦੁਖੀ ਹਾਂ ਮੇਰੇ ਤੋਂ ਵੀ ਦੁਖੀ ਲੋਕ ਬੈਠੇ ਜਿਨ੍ਹਾਂ ਦੀਆਂ ਸਾਰੀਆਂ ਸਾਰੀਆਂ ਫੈਮਲੀਆਂ ਐਕਸੀਡੈਂਟਾਂ ਚ ਮਰ ਜਾਂਦੀਆਂ ਨੇ ਹੁਣ ਬਾਈ ਸਿੱਧੂ ਦੀ ਉਹ ਗੱਲ ਕਰ ਲੋ ਮੰਨ ਲਓ ਅਸੀਂ ਤਾਂ ਪਿੱਛੇ ਤਿੰਨ ਭੈਣਾਂ ਵੀ ਰਹਿ ਗਈ ਉਹਨਾਂ ਦੇ ਮਾਪਿਆਂ ਕੋਲੇ ਕੁਝ ਵੀ ਨਹੀਂ ਰਿਹਾ ਵਿਚਾਰਿਆਂ ਕੋਲੇ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਪਰਿਵਾਰਾਂ ਨੂੰ ਦੇਖ ਕੇ ਮਨ ਸਮਝਾਉਣਾ ਪੈਂਦਾ ਵੀ ਉਹ ਵੀ ਤਾਂ ਵਿਚਾਰੇ ਜਿਉਂ ਰਹੇ ਨੇ ਨਾ ਬਹੁਤ ਜਿੰਦਾ ਲਾਸ਼ਾਂ ਵਾਂਗੂ ਚੱਲੇ ਫਿਰਦੇ ਨੇ ਨਾ ਮਾਪਿਓ ਤੇ ਆਪਣੇ ਆਪਣੇ ਜੀ ਚੈਨਲਾਂ ਦੀ ਕੰਮ ਕੰਮ ਦੀ ਗੱਲ ਕਰ ਲਈਏ ਹਨਾ ਵੀ ਮੰਨ ਕੇ ਚਲੋ ਤੁਸੀਂ ਕਿੱਥੇ ਕਿੱਥੇ ਕੰਮ ਕੀਤਾ ਜਿ ਕਿਨਾ ਕਿਨਾ ਚੈਨਲਾਂ ਤੇ ਕੰਮ ਕਰ ਲਿਆ ਮੈਂ ਜਿਵੇਂ ਵਸੇ ਮਾਨਸਾ ਦਾ ਤਾਂ ਕੋਈ ਇਹੋ ਜਿਹਾ ਗਰੁੱਪ ਨਹੀਂ ਛੱਡਿਆ ਥੀਏਟਰ ਗਰੁੱਪ ਜਿਹਦੇ ਨਾਲ ਮੈਂ ਥੀਏਟਰ ਨਾ ਕੀਤਾ ਹੋਵੇ ਤੇ YouTube ਚੈਨਲ ਜਿਵੇਂ ਦੇਸੀ ਮਸਤੀ ਪਿੰਡਾਂ ਵਾਲੇ ਬਾਈ ਤਰਨਾਟ ਜੀ ਹੋਰੀ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਅੱਜ ਵੀ ਜੇ ਕੋਈ ਬਾਹਰ ਗਈ ਨੂੰ ਪਛਾਣਦਾ ਤਾਂ ਜ਼ਿਆਦਾਤਰ ਮੈਨੂੰ ਬਾਈ ਤਰਨਾਟ ਹੋਰਾਂ ਦੀਆਂ ਫਿਲਮਾਂ ਨਾਲ ਪਛਾਣਿਆ ਜਾਂਦਾ ਤੇ ਚਾਚਾ ਬਾਹੂ ਚੈਨਲ ਬਾਈ ਪਾਨਾ ਪਗੋੜਾ ਜੀ ਹੋਰ ਹੁੰਦਾ ਬਾਈ ਪਾਨਾ ਪਗੋੜਾ ਜੀ ਦੇ ਨਾਲ ਮੇਰਾ ਪਿਛਲੇ 29 ਅਗਸਤ ਨੂੰ ਮੈਂ ਇੰਗਲੈਂਡ ਦਾ ਟੂਰ ਵੀ ਲਾ ਕੇ ਆਈਆਂ ਤੇ ਬਾਈ ਤਨੋਜ ਟਿੱਬਾ ਜੀ ਬਾਈ ਗੁਰਜੀਤ ਚਿੱਤਰਕਾਰ ਜੀ ਉਹਨਾਂ ਦੇ ਨਾਲ ਮੇਰੀਆਂ ਆਈਆਂ ਸੀ ਇੱਕ ਤਾਂ ਅੜਬ ਪਰੋਣਾ ਤੇ ਉਹਦੇ ਮੂਰਲੇ ਕਲਿੱਪ ਨੂੰ ਸਾਰੇ ਜਣਿਆਂ ਨੇ ਬਹੁਤ ਪਿਆਰ ਦਿੱਤਾ ਸੀਗਾ ਸਕੂਟਰ ਵਾਲੇ ਨੂੰ ੱਛਾ ੱੱਕਾ ਲਾਉਨੇ ਸਕੂਟਰ ਨੂੰ ਤੇ ਇੱਕ ਆਈ ਸੀ ਮੇਰੀ ਬਾਈ ਹੋਰਾਂ ਨਾਲ ਗੁਰਚੇਤ ਜੀ ਨਾਲ ਭੂਆ ਮੂਵੀ ਬੜੀ ਇਮੋਸ਼ਨਲ ਮੂਵੀ ਆ ਤੇ ਉਹਦੀ ਕਹਾਣੀ ਲਗਭਗ ਮੇਰੇ ਦੀ ਆ ਜੀ ਜ਼ਿੰਦਗੀ ਦੀ ਪਹਿਲੀ ਕਮਾਈ ਕਮਾਈ 200 ਰੁਪਿਆ ੱਛਾ ਉਸ ਟਾਈਮ ਮੈਂ ਨਾਰਥ ਜਨ ਕਲਚਰ ਸੈਂਟਰ ਚ ਗਿੱਧੇ ਚ ਵੀ ਟੂਰ ਲਾਉਂਦੀ ਸੀ ਉਦੋਂ ਵੀ ਸਾਨੂੰ 1 ਦਿਨ ਦਾ 250 ਰੁਪਏ ਹੀ ਮਿਲਦਾ ਸੀਗਾ ਪਰ ਉਦੋਂ ਉਸ ਟਾਈਮ ਕਹਿੰਦੇ ਲਾਈਫ ਹਨਾ ਜਿਹੜੀ ਵੀਰ ਸਮੇਂ-ਸਮੇਂ ਸਿਰ ਮੋੜ ਲੈਂਦੀ ਆ ਉਸ ਟਾਈਮ ਮੇਰੇ ਤੇ ਕੋਈ ਜ਼ਿੰਮੇਵਾਰੀ ਨਹੀਂ ਸੀ ਕਿਉਂਕਿ ਡੈਡੀ ਕਮਾਉਂਦੇ ਸੀ ਆਪਾਂ ਬੱਚੇ ਸੀ ਚਲੋ ਬਸ ਮਸਤ ਸੀ ਵੀ ਚਲੋ ਆਹ ਸ਼ੌਂਕਾ ਕੰਮ ਕਰਨਾ ਪਰ ਹੁਣ ਵਾਲੀ ਸਿੱਤੇ ਏਦਾਂ ਦੀ ਵੀ ਜ਼ਿੰਮੇਵਾਰੀ ਆਪਦੇ ਸਿਰਾਂ ਸਾਰੀ ਘਰ ਵੀ ਚਲਾਉਣਾ ਮੰਮੀ ਦੀ ਉਹ ਚੋ ਦਵਾਈ ਵੀ ਚੱਲਦੀ ਆ ਆਵਦੇ ਵੀ ਖਰਚੇ ਆਰਟਿਸਟ ਦੇ ਹਨ ਤੇ ਉਸ ਟਾਈਮ ਤਾਂ ਉਹ 250 ਰੁਪਏ ਵੀ ਲੱਗਦਾ ਹੁੰਦਾ ਸੀ ਵੀ ਬਹੁਤ ਹੈਗਾ ਸਮੇ ਸਮੇ ਦੀ ਗੱਲ ਆ ਫੈਮਿਲੀ ਦੇ ਵਿੱਚ ਕੌਣ ਕੌਣ ਹੋ ਤੁਸੀਂ ਫੈਮਿਲੀ ਦੇ ਵਿੱਚ ਜੀ ਮੇਰੇ ਮੰਮੀ ਨੇਗੇ ਫਾਦਰ ਸਾਹਿਬ ਮੇਰੇ 2 ਸਾਲ ਪਹਿਲਾਂ ਐਕਸਪਾਇਰ ਹੋ ਚੁੱਕੇ ਨੇ ਤੇ ਮੇਰੇ ਭਾਬੀ ਜੀ ਨੇ ਮੇਰੇ ਬ੍ਰਦਰ ਦੇ ਬੱਚੇ ਨੇ ਜੀ ਤੇ ਅਸੀਂ ਰਿਹਾਸ਼ ਦੋਨੋਂ ਥਾਂ ਰੱਖੀ ਹੋਈ ਹੈ ਮੇਰਾ ਜੱਦੇ ਘਰ ਪਿੰਡ ਨੰਗਲਖੁਰਦ ਦਾ ਤੇ ਅੱਜ ਆਪਾਂ ਜਿੱਥੇ ਬੈਠੇ ਆ ਇਹ ਫਲੈਟ ਮੈਂ ਖੁਦ ਲੈਤਾ ਕਿਉਂਕਿ ਆਪਣੀ ਲਾਈਨ ਦੇ ਵਿੱਚ ਪਿੰਡ 'ਚ ਰਹਿ ਕੇ ਥੋੜਾ ਔਖਾ ਐਡਜਸਟ ਕਰਨਾ ਤੇ ਇਸ ਕਰਕੇ ਮੈਨੂੰ ਇੱਥੇ ਰਹਿائش ਅਲੱਗ ਕਰਨੀ ਪਈ ਠੀਕ ਹੈ ਤੇ ਭੈਣ ਜਿਵੇਂ ਹਨਾ ਛੋਟੇ ਵੀਡੀਓ ਦੇ ਵਿੱਚ ਛੋਟੇ ਕਲਾਕਾਰਾਂ ਨੂੰ ਜਾਂ ਵੱਡੇ ਕਲਾਕਾਰਾਂ ਨੂੰ ਵੀ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਝਟਕਾਂ ਦਾ ਬੜਾ ਸਾਹਮਣਾ ਕਰਨਾ ਪੈਂਦਾ ਹੈ ਹਨਾ ਵੀ ਇਹ ਕੋਈ ਇਹੋ ਜਿਹਾ ਬਕਾ ਆ ਤੁਹਾਡੇ ਵੀ ਜਦੋਂ ਤੁਸੀਂ ਆਪਾਂ ਛੋਟੇ ਫਿਲਮਾਂ ਕਰਨ ਲੱਗੇ ਆ ਵੀ ਇਹੋ ਜਿਹਾ ਕੋਈ ਸਮਾਂ ਆਇਆ ਸੀ ਤੁਹਾਡੇ ਮੇਰੇ ਤੇ ਸਮਾ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਆਇਆ ਅੱਜ ਤੱਕ ਵੀ ਨਹੀਂ ਆਇਆ ਹਾਲਾਂਕਿ ਮੈਂ ਇੰਨੇ ਟੈਨਸ਼ਨ ਚ ਡਿਪਰੈਸ਼ਨ ਚ ਕਈ ਵਾਰ ਤਾਂ ਮੈਂ ਮੈਡੀਸਿਨ ਲੈ ਕੇ ਵੀ ਸ਼ੂਟ ਤੇ ਜਾਂਦੀ ਰਹੀਆਂ ਡਿਪਰੈਸ਼ਨ ਦੀ ਪਰ ਮੇਰੇ ਤੇ ਵਾਹਿਗੁਰੂ ਦੀ ਇੰਨੀ ਕਿ ਮੇਰਾ ਮੈਂ ਪਲक्कੜ ਬਹੁਤ ਜ਼ਿਆਦਾ ਕਈ ਵਾਰ ਤਾਂ ਮੈਂ ਸਿਰ ਚ ਕੰਗਾ ਟੰਗੀ ਫਿਰਦੀ ਹੁੰਨੀ ਆ ਤੇ ਮੈਂ ਕੰਗਾ ਲੱਭਦੀ ਰਹਿਣੀ ਹੁੰਨੀ ਆ ਤੇ ਵੀ ਪਲक्कੜ ਮੈਂ ਬਹੁਤ ਟੂ ਮੱਚ ਪਲक्कੜਾਂ ਮੈਂ ਪਰ ਵਾਹਿਗੁਰੂ ਦੀ ਮਿਹਰ ਆ ਪਤਾ ਨਹੀਂ ਤਾਂ ਉਹਨੂੰ ਪਤਾ ਵੀ ਜੱਸੀ ਦਾ ਇਹ ਕੰਮ ਆ ਵੀ ਇਹ ਤੋਂ ਇਹ ਚੀਜ਼ ਨਾ ਮੈਂ ਖਾਵਾਂ ਮੈਂ ਡਾਇਲੌਗ ਨਹੀਂ ਬੋਲਦੀ ਅੱਛਾ ਪਤਾ ਨਹੀਂ ਕੀ ਗੱਲ ਆ ਮੈਂ ਖੋਤੇ ਹੈਰਾਨ ਵੀ ਮੈਂ ਐਨੀ ਪਲੱਕੜਾ ਕਈ ਵਾਰ ਤਾਂ ਫੋਨ ਘੰਟਾ ਘੰਟਾ ਲੱਭਿਆ ਨਹੀਂ ਰਹਿਨੀ ਆ ਮੈਂ ਵੀ ਕਿਉਂਕਿ ਪਰਿਵਾਰ ਚ ਘਟਨਾਵਾਂ ਹੀ ਉਹ ਜਿਹੀਆਂ ਹੋ ਗਈਆਂ ਚਲੋ ਹਨਾ ਹੋ ਜਾਂਦਾ ਮਾਈਂਡ ਉਦਾਂ ਦਾ ਪਰ ਡਾਇਲੋਗਾਂ ਵਜੋਂ ਮੇਰ ਜੀ ਮੇਰੇ ਡਾਇਲੋਗ ਬਹੁਤ ਜਲਦੀ ਯਾਦ ਹੁੰਦੇ ਨੇ ਤੇ ਮੈਂ ਕਦੇ ਵੀ ਡਾਇਲੋਗ ਨਹੀਂ ਭੁੱਲਦੀ ਜੇ ਮੈਨੂੰ ਦੋ ਦਿੱਤੇ ਤਾਂ ਮੈਂ ਪੰਜ ਛੇ ਬੋਲਦੀ ਹੁੰਨੀ ਆ ਵਫਾਦਾਰ ਹਾਂ ਆਪਣੇ ਕੰਮ ਤੇ ਬਿਲਕੁਲ ਜੀ ਵਫਾਦਾਰ ਮੈਂ ਸਾਰਿਆਂ ਨੂੰ ਕਹਨੀ ਆ ਵੀ ਵਫਾਦਾਰ ਰਹਿਣਾ ਚਾਹੀਦਾ ਜਿਹੜਾ ਕੰਮ ਤੁਹਾਡਾ ਰੋਜੀ ਰੋਟੀ ਚਲਾਉਂਦਾ ਸਾਨੂੰ ਰੋਟੀ ਦਿੰਦਾ ਤੁਹਾਡਾ ਚੁੱਲ੍ਹਾ ਚੱਲਦਾ ਜਿਹੜੇ ਕੰਮ ਚੋਂ ਤੁਸੀਂ ਉਹਦੇ ਪ੍ਰਤੀ ਵਫਾਦਾਰ ਹੀ ਰਹੋ ਤੇ ਮੈਂ ਕਹਨੀ ਆ ਪ੍ਰਮਾਤਮਾ ਜੀ ਮੈਨੂੰ ਵਫਾਦਾਰੀ ਰੱਖਣ ਕਦੇ ਵੀ ਮੇਰੇ ਤੋਂ ਇਹੋ ਜੀ ਗਲਤੀ ਨਾ ਕਰਾਉਣ ਕਿ ਮੈਂ ਆਪਦੇ ਕੰਮ ਨਾਲ ਕੋਈ ਐਸੀ ਚੀਜ਼ ਕਰਾਂ ਜਿਹਦੇ ਨਾਲ ਮੈਂ ਵੀ ਹਰਟ ਹੋਵਾਂ ਤੇ ਮੈਨੂੰ ਪਛਤਾਉਣਾ ਪਵੇ ਜੀ ਪਹਿਨੇ ਜਿਵੇਂ ਹਨਾ ਗਾਣਿਆਂ ਦੀ ਗੱਲ ਕਰ ਲਈਏ ਤੁਸੀਂ ਸਿੰਗਿੰਗ ਲਾਈਨ ਦੇ ਵਿੱਚੋਂ ਗਾਣੇ ਜੇ ਜਿਆਦਾ ਧੂਮ ਤੜਕੇ ਵਾਲੇ ਹੋਣ ਜਾਂ ਪਿਸਤੌਲਾਂ ਵਾਲੇ ਹੋਣ ਬੰਦੂਕਾਂ ਵਾਲੇ ਹੋਣ ਕੁੜੀਆਂ ਵਾਲੇ ਗਾਣੇ ਹੋਣ ਤੁਹਾਡੇ ਗਾਣੇ ਤਾਂ ਬਹੁਤ ਸਾਫ਼ ਹੁੰਦੇ ਆ ਫਿਰ ਉਹਨਾਂ ਐਡਜਸਟ ਕਰ ਲੈਨੇ ਹਾਂ ਵਿਊਆਂ ਦਾ ਐਡਜਸਟ ਇਹ ਹੁੰਦਾ ਜੀ ਚਲੋ ਜੇ ਤਾਂ ਆਪਾਂ ਹਨਾ ਕਹਿੰਦੇ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ ਐਂ ਫਿਰ ਆਪਣੀ ਤਮਾਨ ਨੀਤ ਤਾਂ ਦੇਖੋ ਭਰਦੀ ਨਹੀਂ ਇੱਕ ਥੋੜੇ ਮਨ ਦਾ ਸਕੂਨ ਹੁੰਦਾ ਤੁਹਾਨੂੰ ਕੀ ਕੰਮ ਕਰਕੇ ਸਕੂਨ ਮਿਲਦਾ ਆਫਰਾਂ ਤਾਂ ਹੁਣ ਅਸੀਂ ਕੁੜੀਆਂ ਮੈਨੂੰ ਬਹੁਤ ਆਉਂਦੀਆਂ ਥੋੜਾ ਸੋਲੋ ਕੀਤਾ ਐਂ ਕਰ ਦਿੰਨੇ ਆ ਥੋੜਾ ਸੋਲੋ ਕੀਤਾ ਐਂ ਕਰ ਦਿੰਨੇ ਆ ਮੈਂ ਕਹਿੰਨੀ ਪਹਿਲਾਂ ਮੈਨੂੰ ਗੀਤ ਭੇਜੋ ਜੇ ਗੀਤ ਦੇ ਵਿੱਚ ਕੁਝ ਮੈਨੂੰ ਇਦਾਂ ਲੱਗਦਾ ਮੈਂ ਕਹਿੰਨੀ ਵੀਡੀਓ ਸੌਰੀ ਵੀ ਸਾਨੂੰ ਸਾਡੇ ਹਿਸਾਬ ਦਾ ਗੀਤ ਭੇਜ ਦਿਓ ਮੈਂ ਵੀ ਇੱਕ ਸੋਲੋ ਟਰੈਕ ਅਗਲਾ ਕਰ ਰਹੀ ਆ ਉਹ ਧਾਰਮਿਕ ਨਹੀਂ ਹੈਗਾ ਉਹ ਮੈਸੇਜ ਗੀਤ ਨਹੀਂ ਹੈਗਾ ਪਰ ਉਹ ਇੱਕ ਬੀਟ Song ਆ ਕੁੜੀ ਦੀ ਤਾਰੀਫ ਉਹਦੇ ਵਿੱਚ ਸਿਰਫ ਕੋਈ ਹਥਿਆਰ ਨਹੀਂ ਕੁਝ ਵਲਗਰਨੀ ਉਹਦੇ ਵਿੱਚ ਹੈਗਾ ਵੀ ਗੀਤ ਹੋਰ ਟਾਈਪ ਦੇ ਵੀ ਬਹੁਤ ਹੁੰਦੇ ਨੇ ਆਪਣੇ ਮਨ ਨੂੰ ਵੀਰੇ ਮੇਰੇ ਮਨ ਨੂੰ ਸਕੂਨ ਨਹੀਂ ਮਿਲਦਾ ਕੁਝ ਵੀ ਮੈਨੂੰ ਫਿਲਮਾਂ 'ਚ ਵੀ ਕਾਫੀ ਵਾਰ ਆਫਰ ਆ ਜਾਂਦੀ ਆ ਵੀ ਇਦਾਂ ਦੇ ਸੀਨ ਐਵੇਂ ਮੈਂ ਕਹਿੰਨੀ ਹਲਕਾ-ਫੁਲਕਾ ਸਟੋਰੀ ਮੁਤਾਬਕ ਹੋ ਜਾਂਦਾ ਵੀ ਜਿਆਦਾ ਵੀ ਮੈਂ ਨਹੀਂ ਮੈਨੂੰ ਇੰਨੇ ਪੈਸੇ ਦੀ ਵੀ ਕੋਈ ਹੈ ਨਹੀਂ ਹਾਲਾਂਕਿ ਮੈਂ ਕੋਈ ਬਹੁਤ ਰਿਚ ਨਹੀਂ ਅੱਜ ਵੀ ਕੋਈ ਮੈਂ ਬਾਹਲੇ ਲੈਂਡਲਾਰਡ ਘਰੋਂ ਨਹੀਂ ਹੈਗੀ ਆਪਾਂ ਨਾਰਮਲ ਜਿਹਾ ਇਨਸਾਨ ਆ ਪਰ ਇੱਕ ਵੀਰੇ ਸਕੂਨ ਹੁੰਦਾ ਵੀ ਸਕੂਨ ਹੀ ਉਹ ਕੰਮ 'ਚ ਮਿਲਦਾ ਵੀ ਚੰਗਾ ਹੀ ਪਰੋਸੀਏ ਸਰੋਤਿਆਂ ਵਾਸਤੇ ਜਾਂਦ ਜਾਂਦੇ ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਜਿਹੜੀਆਂ ਘਰੇ ਬੈਠੀਆਂ ਨੇ ਡਿਪਰੈਸ਼ਨ 'ਚ ਜਾਂਦੇ ਜਾਂਦੇ ਮੈਂ ਇਹ ਕਹੂੰਗੀ ਜੀ ਪਹਿਲੀ ਗੱਲ ਤਾਂ ਮੈਂ ਕੁੜੀਆਂ ਦੇ ਮਾਂ ਪਿਓ ਨੂੰ ਕਹੂੰਗੀ ਕਿ ਜਿੰਨਾ ਤੁਸੀਂ ਕਿਸੇ ਚੀਜ਼ ਤੇ ਬੰਦ ਛਲਾਉਂਗੇ ਓਨੀ ਉਹ ਚੀਜ਼ ਜ਼ਿਆਦਾ ਭਰ ਜਾਂਦੀ ਆ ਉਹਨੂੰ ਇਹ ਹੁੰਦਾ ਉਹ ਫਸਟ੍ਰੇਡ ਹੋ ਜਾਂਦਾ ਬੰਦਾ ਕੋਈ ਵੀ ਆ ਹਨਾ ਹੁਣ ਕੋਈ ਆਪਣੇ ਸਾਹਮਣੇ ਪੈਕ ਚੀਜ਼ ਪਈ ਆ ਗਿਫਟ ਪਿਆ ਇਥੇ ਤੁਸੀਂ ਹੁਣ ਜਿਵੇਂ ਘਰੇ ਆਈ ਸੀ ਜਿੱਥੇ ਕੋਈ ਬੰਦ ਚੀਜ਼ ਪਈ ਹੁੰਦੀ ਆ ਐ ਸਪੈਸ਼ਲ ਗਿਫਟ ਆ ਤੁਸੀਂ ਵੀ ਕਹਿੰਦੇ ਵੀ ਜੱਸੀ ਇਹਦੇ ਵਿੱਚ ਕੀ ਆ ਵੀਰੇ ਤਾਂ ਥੋੜਾ ਦਿਲ ਕਰਦਾ ਵੀ ਸੰਜਦਾ ਜੀ ਅਸੀਂ ਖੋਲ ਕੇ ਦਿਖਾ ਦੇ ਤੇ ਜਾਂ ਅਸੀਂ ਆਪ ਹੀ ਖੋਲ ਲਈਏ ਉਹ ਜਦੋਂ ਕੋਈ ਚੀਜ਼ ਆਪਾਂ ਬੰਦ ਕਰ ਦਿੰਨੇ ਆ ਨਾ ਜਿਹੜੇ ਬੱਚਾਂ ਤੇ ਬੰਦਸ਼ਾਂ ਲੱਗਦੀਆਂ ਭਾਵੇਂ ਕੁੜੀਆਂ ਭਾਵੇਂ ਮੁੰਡੇ ਤੇ ਉਹ ਫਿਰ ਬੱਚੇ ਸਭ ਤੋਂ ਜ਼ਿਆਦਾ ਬਾਗੀ ਹੁੰਦੇ ਆ ਵਿਚਾਰੇ ਮਾਂ ਪਿਓ ਨੂੰ ਹੀ ਮੈਂ ਕਹੂੰਗੀ ਕਿਉਂਕਿ ਬੱਚਾ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਹੁੰਦਾ ਤੇ ਬੱਚਾ ਕਦੇ ਵੀ ਕੋਈ ਵੀ ਘਰੇ ਬੈਠਣਾ ਨਹੀਂ ਚਾਹੁੰਦਾ ਹਰ ਇੱਕ ਦਾ ਦਿਲ ਕਰਦਾ ਮੈਂ ਆਪਦਾ ਨਾਂ ਬਣਾਵਾ ਮੈਂ ਚੰਗੀ ਸਟੱਡੀ ਕਰਾਂ ਪੜਾਂ ਲਿਖਾਂ ਆਵਦੀ ਲਾਈਫ ਨੂੰ ਬਣਾਵਾ ਆਪਦੇ ਪੈਰਾਂ ਤੇ ਸਟੈਂਡ ਹੋਵਾਂ ਗਲਤੀਆਂ ਤਾਂ ਫਿਰ ਕਿਤੇ ਨਾ ਕਿਤੇ ਮਾਪਿਓ ਦੀਆਂ ਹੁੰਦੀਆਂ ਨੇ ਜੀ ਰੋਕ ਦੇ ਨੇ ਬੰਦਸ਼ਾ ਲਾਉਂਦੇ ਆ ਕੁੜੀਆਂ ਨੂੰ ਵੀ ਮੈਂ ਇਹੀ ਮੈਸੇਜ ਦੇਵਾਂਗੀ ਜੇਕਰ ਤੁਹਾਨੂੰ ਮਾਪਿਓ ਖੁੱਲ੍ਹ ਦਿੰਦਾ ਤੁਸੀਂ ਵੀ ਉਹਦਾ ਮਿਸਯੂਜ਼ ਨਾ ਕਰੋ ਸਮੇਂ-ਸਮੇਂ ਸਿਰ ਸਭ ਕੁਝ ਹੋਣਾ ਮਾਪੇ ਖੁਦ ਹੀ ਨਹੀਂ ਜਵਾਬ ਦਿੰਦੇ ਲਾਸਟ ਗੱਲ ਕਿਉਂ ਦੇਵੀ ਕਿਸੇ ਮੁੰਡੇ ਨਾਲ ਵਿਆਹ ਕਰਾਉਣਾ ਉਹ ਕੋਈ ਗੱਲ ਨਹੀਂ ਤੁਸੀਂ ਹਨਾ ਆਪਦੀ ਪਹਿਲਾਂ ਤਾਂ ਏਜ ਨੂੰ ਉੱਥੇ ਲੈ ਕੇ ਜਾਓ ਇਹ ਨਹੀਂ ਵੀ ਤੁਹਾਡੀ ਉਮਰ 15-16 ਸਾਲ ਆ ਤੁਸੀਂ ਪਹਿਲੀ ਉਹ ਗੱਲਾਂ 'ਚ ਪੈਜੋ ਫਿਰ ਤੁਹਾਡਾ ਧਿਆਨ ਵੰਡਿਆ ਜਾਊਗਾ ਜਦੋਂ ਤੁਹਾਡੀ ਏਜ ਹੋ ਗਈ 20 ਦੀ 21 ਦੀ 22 ਦੀ 23 24 ਸਾਲ ਚ ਤੁਸੀਂ ਸਹੀ ਫੈਸਲਾ ਲੈ ਵੀ ਸਕਦੇ ਹੁੰਨੇ ਹੋ ਕਿਉਂਕਿ ਉਸ ਤੋਂ ਪਹਿਲਾਂ ਸਾਡੇ ਦਿਮਾਗ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਉਸ ਤੋਂ ਪਹਿਲਾਂ ਅਸੀਂ ਉਹੀ ਵੈਸੇ-ਵਸਾ ਨੂੰ ਕੁਝ ਨਹੀਂ ਪਤਾ ਹੁੰਦਾ ਸਾਡਾ ਚੰਗਾ ਕੀ ਆ ਮਾੜਾ ਕੀ ਆ ਮਾਪੇ ਉਹ ਵੀ ਕਦੇ ਮਾੜਾ ਨਹੀਂ ਕਰਦਾ ਦੋਨਾਂ ਤਰ੍ਹਾਂ ਨੂੰ ਅਡਜਸਟ ਕਰਕੇ ਚੱਲਣਾ ਚਾਹੀਦਾ ਸੋ ਦੋਸਤੋ ਏਸੀ ਸਾਡੇ ਨਾਲ ਹਰਮੀਤ ਜੱਸੀ ਜਿਨ੍ਹਾਂ ਦੀਆਂ ਫਿਲਮਾਂ ਤੁਸੀਂ ਦੇਖਦੇ ਰਹਿੰਨੇ ਹੋ ਕਿਸੇ ਜਾਣ ਪਛਾਣ ਦੇ ਮੌਤਾਜ ਨਹੀਂ ਹੈਗੇ ਤੇ ਉਹਨਾਂ ਕੁੜੀਆਂ ਨੂੰ ਮੈਸੇਜ ਵੀ ਦਿੱਤਾ ਜਿਹੜੀਆਂ ਡਿਪਰੈਸ਼ਨ ਦੇ ਵਿੱਚ ਘਰੇ ਬੈਠੀਆਂ ਨੇ ਵੀ ਮੇਰੇ ਤੋਂ ਕੁਝ ਨਹੀਂ ਹੋਣਾ ਤੁਹਾਡੇ ਸਾਹਮਣੇ ਐਗਜ਼ੈਂਪਲ ਹੈ ਤੇ ਉਹਨਾਂ ਦੇ ਮੂੰਹ ਤੇ ਵੀ ਚਪੇੜ ਹੈ ਜਿਹੜੇ ਔਰਤ ਨੂੰ ਪੈਰ ਦੀ ਜੁੱਤੀ ਜਾਂ ਔਰਤ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ